ਜੀ ਅਸਲਾਮ ਵਾਲੇਕੁਮ, ਕੀ ਹਾਲ ਨੇ ਦੋਸਤੋ, ਬੇਲੀਓ ਅਤੇ ਸੱਜਣੋ। ਮੇਰੇ ਯੂਟਿਊਬ ਦੇ ਜਿੰਨੇ ਸਬਸਕ੍ਰਾਈਬਰ, ਤੁਹਾਡੇ ਸਾਰਿਆਂ ਦਾ ਸ਼ੁਕਰੀਆ, ਤੁਸੀਂ ਮੈਨੂੰ ਸਪੋਰਟ ਕੀਤਾ। ਅੱਜ ਮੈਂ ਕਹਾਣੀ ਸੁਣਾਉਣਾ ਤੁਹਾਨੂੰ, ਔਰ ਬੜੀ ਅਕਲ ਵਾਲੀ ਕਹਾਣੀ ਹੈ। ਅਗਰ ਜਿਸ ਬੰਦੇ ਦੀ ਸਮਝ ਦੇ ਵਿੱਚ ਗੱਲ ਆ ਗਈ ਨਾ, ਉਹ ਬੰਦਾ ਸਾਰੀ ਜ਼ਿੰਦਗੀ ਜਿਹੜਾ ਨਾ ਪਰੇਸ਼ਾਨ ਨਹੀਂ ਹੋਵੇਗਾ। ਇੱਕ ਬਾਦਸ਼ਾਹ ਸੀ ਅਤੇ ਉਹ ਆਪਣੀ ਬੀਵੀ ਤੋਂ ਨਾ ਬਹੁਤ ਪਰੇਸ਼ਾਨ ਸੀ। ਪਰੇਸ਼ਾਨ ਇੰਨਾ ਸੀ ਕਿ ਉਹਨੂੰ ਨਾ ਉਹ ਸੁੱਖ ਦਾ ਸਾਹ ਨਹੀਂ ਸੀ ਲੈਣ ਦਿੰਦੀ। ਉਹਨੇ ਇੱਕ ਦਿਨ ਨਾ ਆਪਣੇ ਵਜ਼ੀਰ ਨੂੰ ਕਿਹਾ ਕਿ ਯਾਰ ਨਾ ਮੈਨੂੰ ਕੋਈ ਦਾ ਹੱਲ ਦੱਸ ਕਿ ਮੈਂ ਬੜਾ ਪਰੇਸ਼ਾਨ ਹਾਂ। ਉਹਨੇ ਕਿਹਾ ਬਾਦਸ਼ਾਹ ਸਲਾਮਤ ਪੁੱਛੋ। ਉਹਨੇ ਕਿਹਾ ਵੀ ਜਿਹੜਾ ਨਾ ਬੁੜੀ ਬੰਦੇ ਕੋਲੋਂ ਕੀ ਚਾਹੁੰਦੀ। ਬਸ ਉਹ ਵਜ਼ੀਰ ਵੀ ਥੋੜ੍ਹਾ ਜਿਹਾ ਪਰੇਸ਼ਾਨ ਹੋਇਆ ਅਤੇ ਉਹਨੇ ਜਿਹੜਾ ਸੀ ਨਾ ਸੋਚਿਆ। ਉਹਨੇ ਕਿਹਾ ਬਾਦਸ਼ਾਹ ਸਲਾਮਤ ਕੋਈ ਟਾਈਮ ਦਿਓ। ਉਹਨੇ ਕਿਹਾ ਵੀ ਬਾਦਸ਼ਾਹ ਨੇ ਕਿਹਾ ਵਜ਼ੀਰ ਨੂੰ ਕਿ ਤੇਰੇ ਕੋਲ ਇੱਕ ਮਹੀਨੇ ਦਾ ਟਾਈਮ ਹੈ, ਅਗਰ ਤੂੰ ਇੱਕ ਮਹੀਨੇ ਦੇ ਵਿੱਚ ਇਹ ਸਵਾਲ ਦਾ ਜਵਾਬ ਨਾ ਲੱਭ ਸਕਿਆ ਤਾਂ ਤੇਰਾ ਜਿਹੜਾ ਨਾ ਸਰ ਕਲਮ ਕਰ ਦਿੱਤਾ ਜਾਏਗਾ। ਟੁਰ ਪੈਂਦਾ, ਬੜੀ ਬੜੀ ਦੂਰ ਜਾਂਦਾ, ਪੁੱਛਦਾ ਲੋਕਾਂ ਨੂੰ, ਲੇਕਿਨ ਉਹਨੂੰ ਸਵਾਲ ਦਾ ਜਵਾਬ ਨਹੀਂ ਮਿਲਦਾ। ਉਹ ਇੱਕ ਬੰਦੇ ਨੂੰ ਮਿਲਦਾ ਅਤੇ ਬੰਦੇ ਨੇ ਕਿਹਾ ਵੀ ਤੂੰ ਜਿਹੜਾ ਨਾ ਚਲਾ ਜਾ ਜੰਗਲ ਦੇ ਵਿੱਚ, ਉੱਥੇ ਇੱਕ ਰਹਿੰਦੀ ਹੈ ਚੜੇਲ, ਉਹ ਤੈਨੂੰ ਸਵਾਲ ਦਾ ਜਵਾਬ ਜਿਹੜਾ ਨਾ ਦੇ ਸਕਦੀ ਹੈ। ਉਹ ਮੀਆਂ ਜੰਗਲ 'ਚ ਜਾਂਦਾ ਅਤੇ ਉਹ ਚੜੇਲ ਬੈਠੀ ਹੁੰਦੀ ਹੈ ਅਤੇ ਪਹਿਲੇ ਡਰ ਜਾਂਦਾ ਵਿਚਾਰਾ, ਫਿਰ ਉਹ ਹੌਲੀ ਹੌਲੀ ਉਹਦੇ ਕੋਲ ਜਾਂਦਾ ਅਤੇ ਉਹਨੂੰ ਕਹਿੰਦਾ ਜੀ ਬੜੀ ਦੂਰੋਂ ਆਇਆ ਅਤੇ ਇੱਕ ਸਵਾਲ ਦਾ ਜਵਾਬ ਚਾਹੀਦਾ। ਉਹਨੇ ਕਿਹਾ ਵੀ ਪੁੱਛ। ਉਹਨੇ ਕਿਹਾ ਵੀ ਵਜ਼ੀਰ ਕਹਿੰਦਾ ਕਿ ਬੁੜੀ ਬੰਦੇ ਕੋਲੋਂ ਕੀ ਚਾਹੁੰਦੀ ਹੈ। ਉਹਨੇ ਕਿਹਾ ਜਵਾਬ ਤੈਨੂੰ ਮਿਲ ਜਾਏਗਾ ਪਰ ਮੇਰੀ ਇੱਕ ਸ਼ਰਤ ਹੈ, ਤੈਨੂੰ ਮੇਰੇ ਨਾਲ ਸ਼ਾਦੀ ਕਰਨੀ ਪੈ। ਉਹਨੇ ਕਿਹਾ ਵੀ ਗੱਲ ਇਹ ਵੇ ਕਿ ਜੇ ਸ਼ਾਦੀ ਕਰਨਾ ਤਾਂ ਫਿਰ ਵੀ ਮਰਨਾ, ਜੇ ਵਾਪਸ ਜਾਣਾ ਸਵਾਲ ਜਵਾਬ ਤੋਂ ਬਗੈਰ ਤਾਂ ਫਿਰ ਵੀ ਮਰਨਾ, ਬਾਦਸ਼ਾਹ ਨੇ ਮਾਰ ਦੇਣਾ। ਉਹ ਕਹਿੰਦਾ ਠੀਕ ਹੈ ਮੈਨੂੰ ਮਨਜ਼ੂਰ ਹੈ। ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ ਅਤੇ ਜਦੋਂ ਸ਼ਾਦੀ ਹੁੰਦੀ ਹੈ ਨਾ, ਉਸ ਤੋਂ ਬਾਅਦ ਉਹ ਚੜੇਲ ਉਹਨੂੰ ਕਹਿੰਦੀ ਹੈ ਕਿ ਦੱਸ ਕਿ ਮੈਂ ਦਿਨੇ ਚੜੇਲ ਬਣਾ ਜਾਂ ਰਾਤ ਨੂੰ ਹੋਰ ਬਣਾ, ਜਾਂ ਰਾਤ ਨੂੰ ਹੋਰ ਬਣਾ ਕਿ ਦਿਨੇ ਚੜੇਲ ਬਣਾ। ਉਹਨੇ ਕਿਹਾ ਵੀ ਜੇ ਦਿਨੇ ਚੜੇਲ ਬਣੇ ਤਾਂ ਮੇਰਾ ਦਿਨ ਨਹੀਂ ਲੰਘਣਾ, ਜੇ ਇਹ ਰਾਤ ਨੂੰ ਚੜੇਲ ਬਣੇ ਤਾਂ ਮੇਰੀ ਰਾਤ ਨਹੀਂ ਲੰਘਣੀ। ਉਹਨੇ ਉਹਨੂੰ ਕਿਹਾ ਤੇਰੀ ਮਰਜ਼ੀ ਹੈ, ਤੂੰ ਦਿਨੇ ਚੜੇਲ ਬਣ ਜਾਂ ਰਾਤ ਨੂੰ ਹੋਰ ਬਣ, ਜਾਂ ਰਾਤ ਨੂੰ ਚੜੇਲ ਬਣ ਜਾਂ ਦਿਨੇ ਹੋਰ ਬਣ, ਤੂੰ ਆਪਣੀ ਮਰਜ਼ੀ ਕਰ। ਉਹਨੇ ਕਿਹਾ ਵੀ ਤੂੰ ਮੈਨੂੰ ਜਿਹੜਾ ਨਾ ਇਜਾਜ਼ਤ ਦਿੱਤੀ ਹੈ ਅਤੇ ਤੂੰ ਜਿਹੜਾ ਨਾ ਉਹ ਮੈਨੂੰ ਆਖਿਆ ਅਤੇ ਮੈਂ ਜਿਹੜਾ ਨਾ ਹੁਣ ਹੋਰ ਹੀ ਬਣਨਾ। ਉਹ ਜਦੋਂ ਉਹਨੂੰ ਆਉਂਦੀ ਹੈ ਨਾ ਅਤੇ ਉਹ ਕਹਿੰਦਾ ਵੀ ਮੇਰੇ ਸਵਾਲ ਦਾ ਜਵਾਬ, ਉਹ ਕਹਿੰਦੀ ਹੈ ਕਿ ਜਵਾਬ ਇਹਦਾ ਇਹ ਹੀ ਹੈ ਕਿ ਤੇਰੀ ਮਰਜ਼ੀ ਹੈ ਕਿ ਤੂੰ ਔਰਤ ਨੂੰ ਚੜੇ ਰੱਖਣਾ ਚਾਹੁੰਦਾ ਜਾਂ ਔਰਤ ਨੂੰ ਤੂੰ ਹੂ ਰੱਖਣਾ ਚਾਹੁੰਦਾ। ਔਰਤ ਨੂੰ ਤੂੰ ਜੇ ਆਜ਼ਾਦੀ ਦੇਗਾ ਤਾਂ ਉਹ ਹੂਰ ਬਣੇਗੀ, ਜੇ ਤੂੰ ਉਹਨੂੰ ਪਾਬੰਦੀਆਂ ਲਾਏਗਾ, ਤੂੰ ਉਹਦੇ 'ਤੇ ਮੁਸ਼ਕਲ ਕਰੇਗਾ ਤਾਂ ਉਹ ਚੜੇਲ ਬਣੇਗੀ। ਔਰਤ ਆਜ਼ਾਦੀ ਚਾਹੁੰਦੀ ਹੈ, ਔਰਤ ਖੁਦ ਮੁਖਤਿਆਰੀ ਚਾਹੁੰਦੀ ਹੈ। ਠੀਕ ਹੈ, ਉਹਨੇ ਕਿਹਾ ਵੀ ਇਹੀ ਤੇਰੇ ਸਵਾਲ ਦਾ ਜਵਾਬ ਹੈ,
ਬਾਦਸ਼ਾਹ ਨੂੰ ਜਾ ਕੇ ਦੱਸ ਦੇ ਕਿ ਇਹ ਬਾਦਸ਼ਾਹ ਸਲਾਮਤ ਤੇਰੀ ਮਰਜ਼ੀ ਹੈ ਕਿ ਤੂੰ ਉਹਨੂੰ ਚੜੇਲ ਬਣਾਉਣਾ ਹੈ ਜਾਂ ਤੂੰ ਉਹਨੂੰ ਹੂਰ ਬਣਾਉਣਾ। ਇਹ ਗੱਲ ਕਰਨ ਦਾ ਮਕਸਦ ਇਹ ਵੇ ਕਿ ਇਹ ਜਿੰਨੀਆਂ ਘਰਾਂ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਨੇ ਨਾ, ਔਰਤ ਸਿਰਫ ਆਜ਼ਾਦੀ ਚਾਹੁੰਦੀ ਹੈ, ਬਸ ਔਰਤ ਸਿਰਫ ਆਪਣੀ ਮਰਜ਼ੀ ਕਰਨਾ ਚਾਹੁੰਦੀ। ਔਰ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਤਾਂ ਜ਼ਰੂਰ ਲਾਈਕ ਕਰਨਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਸਪੋਰਟ ਕੀਤਾ, ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ, ਅਤੇ ਅੱਲਾਹ ਤਾਲਾ ਤੁਹਾਨੂੰ ਔਰ ਤੁਹਾਡੇ ਬੱਚਿਆਂ ਨੂੰ ਇੱਜ਼ੋ ਇਮਾਨ 'ਚ ਰੱਖੇ। ਅਗਰ ਤੁਹਾਨੂੰ ਇਸ ਵੀਡੀਓ ਤੋਂ ਕੋਈ ਸੀਖ ਮਿਲੀ ਹੈ ਔਰ ਅਗਰ ਤੁਸੀਂ ਕੋਈ ਗੱਲ ਪੁੱਛਣਾ ਚਾਹੁੰਦੇ ਜੇ ਤਾਂ ਤੁਸੀਂ ਜ਼ਰੂਰ ਮੈਨੂੰ ਮੈਸੇਜ ਕਰੋ। ਅੱਲਾਹ ਹਾਫਿਜ਼।